ਸਾਡੇ ਮੁੰਡੇ ਨੂੰ ਕੋਈ ਗਲਤੀ ਸੀ ਨਹੀਂ ਚੰਗੀ ਕਰਦੇ ਉਹ ਚਲੇ ਗਏ ਸੀ ਉਹਨੂੰ ਪਤਾ ਹੀ ਨਹੀਂ ਸਾਡਾ ਸਾਨੂੰ ਦੱਸ ਦੇ ਸੀ ਆਪਣੇ ਬੱਚੇ ਨੂੰ ਝਿੜਕਦੇ ਸਾਡੇ ਬੱਚੇ ਨੂੰ ਆਪਣੇ ਕੋਲ ਬਾਹ ਲੈਂਦੇ ਜੇ ਬੱਚੇ ਨੇ ਕੋਈ ਗਲਤੀ ਕੀਤੀ ਸੀ ਅਸੀਂ ਆਪੇ ਉਹਨਾਂ ਦੇ ਘਰੋਂ ਛਡਵਾ ਕੇ ਲੈ ਜਾਂਦੇ ਕਿਹੜੇ ਸਕੂਲ ਤੋਂ ਪੜ੍ਹਦਾ ਜੀ ਮੈਂ ਜਸਪਾਲ ਮੇਰਾ ਨਾਂ ਹੈ ਤੇ ਚੰਡੀਗੜ੍ਹ ਮੁੰਡਾ ਹੈ ਕੀ ਗੱਲਬਾਤ ਹੋਈ ਕੱਲ ਕੱਲ ਜੀ ਉੱਥੇ ਮੁੰਡੇ ਮਸਮੀਆਂ ਤੋੜਨ ਦੇ ਸੀ ਤੇ ਮੈਂ ਉੱਥੇ ਖੜ ਗਿਆ ਉਹ ਤੇ ਭੱਜ ਗਏ ਤੇ ਮੈਨੂੰ ਉਹਨਾਂ ਨੇ ਫੜ ਲਿਆ ਦੋ ਜਾਣਿਆਂ ਨੇ ਤੇ ਫਿਰ ਮੈਨੂੰ ਮਾਰਿਆ ਚਪੇੜਾਂ ਮਾਰੀਆਂ ਤੇ ਫਿਰ ਮੈਨੂੰ ਬਾਂਹ ਮਰੋੜ ਕੇ ਪਿੱਛੇ ਲਾਈ ਤੇ ਫਿਰ ਬਾਲਾ ਮਾਰਿਆ ਫਿਰ ਮੈਨੂੰ ਛੱਡਦੇ ਨਹੀਂ ਫਿਰ ਕੋਈ ਭਾਈ ਆਇਆ ਤੇ ਫਿਰ ਉਹਨਾਂ ਨੇ ਛਡਾਇਆ ਫਿਰ ਹਲੇ ਵੀ ਨਹੀਂ ਫਿਰ ਉਹ ਨਹੀਂ ਛੱਡਦੇ ਹਨ ਵਾਧੂ ਮਾਰਿਆ ਫਿਰ ਭਾਈ ਛੱਡ ਕੇ ਗਿਆ ਘਰੇ ਦੋ ਜਾਣੇ ਹਾਂਜੀ ਚੰਡੀਗੜ੍ਹ ਕਲੋਨੀ ਦੇ ਰੂਰਲ ਬਸਤੀ ਸੁਲਤਾਨ ਕਲੋਨੀ ਦਾ ਰਹਿਣ ਵਾਲਾ ਉਹ ਕੋਈ ਝਗੜਾ ਹੋਇਆ ਜਿਹਦੇ ਸੱਟ ਲੱਗਣ ਕਾਰਨ ਉਹ ਐਡਮਿਟ ਹੈ ਸਿਵਲ ਹੋਸਪਿਟਲ ਸੁਲਤਾਨ ਕਲੋਨੀ ਜਦੋਂ ਵੀ ਸਾਨੂੰ MLR ਆਉਂਦੀ ਹੈ ਜਾਂ ਦਰਖਾਸਤ ਆਉਂਦੀ ਹੈ ਜੋ ਵੀ ਉਹਦੇ ਤੇ ਕਾਰਵਾਈ ਬਣਦੀ ਹੋਊਗੀ ਉਹ ਬਿਲਕੁਲ ਕਰ ਦਿੱਤੀ ਤੇ ਕੁਛ ਮੁੰਡਿਆਂ ਨੇ ਸ਼ਰਾਰਤ ਕੀਤੀ ਸੀ ਸ਼ਿੰਗੂਕਰ ਨੂੰ ਤੋੜੇ ਸੀ ਇਹਨਾਂ ਨੇ ਉਹ ਮੁੰਡੇ ਭੱਜ ਗਏ ਤੇ ਮੇਰੇ ਮੁੰਡੇ ਨੂੰ ਇਹਨਾਂ ਨੇ ਫੜ ਕੇ ਬਹੁਤ ਮਾਰਿਆ ਤੇ ਛੱਡਦੇ ਵਿੱਚ ਮੇਰੇ ਮੁੰਡੇ ਨੂੰ ਇਹਨਾਂ ਨੇ ਬਾਲਾ ਮਾਰ ਕੇ ਮੇਰੇ ਮੁੰਡੇ ਦੀ ਬਾਹ ਵੀ ਤੋੜ ਦਿੱਤੀ ਸਾਨੂੰ ਗਰੀਬ ਆਦਮੀ ਆ ਸਾਨੂੰ ਇਨਸਾਨ ਮਿਲਣਾ ਚਾਹੀਦਾ ਜਿੱਦਾਂ ਮੇਰੇ ਮੁੰਡੇ ਦੀ ਬਾਹ ਤੋੜੇ ਇਹਨਾਂ ਨੇ ਮੇਰਾ ਮੁੰਡਾ ਇਕੱਲਾ ਇਕੱਲਾ ਹੈਗਾ ਇਹਨਾਂ ਨੇ ਚੰਗੀ ਨਹੀਂ ਕੀਤੀ ਸਾਨੂੰ ਦੱਸਦੇ ਆਣ ਕੇ ਜੇ ਸਾਡੇ ਮੁੰਡੇ ਦੀ ਕੋਈ ਗਲਤੀ ਸੀ ਅਸੀਂ ਚੰਡੀਗੜ੍ਹ ਦੇ ਵਿੱਚ ਰਹਿੰਦੇ ਸੀ ਇਹਨਾਂ ਨੂੰ ਪਤਾ ਹੀ ਨਹੀਂ ਸਾਡਾ ਸਾਨੂੰ ਦੱਸਦੇ ਸੀ ਆਪਣੇ ਬੱਚੇ ਨੂੰ ਝਿੜਕਦੇ ਸਾਡੇ ਬੱਚੇ ਨੂੰ ਆਪਣੇ ਕੋਲ ਬਾਹ ਲੈਂਦੇ ਜੇ ਬੱਚੇ ਨੇ ਕੋਈ ਗਲਤੀ ਕੀਤੀ ਸੀ ਅਸੀਂ ਆਪੇ ਇਹਨਾਂ ਦੇ ਕੋਲੋਂ ਛਡਵਾ ਕੇ ਲੈ ਜਾਂਦੇ ਤੇ ਅਸੀਂ ਛੱਡਦੇ ਨਹੀਂ ਸੀ ਕੋਈ ਗਰੀਬ ਵਿਚਾਰਾ ਸਾਡੇ ਵਰਗਾ ਆਦਮੀ ਆਇਆ ਉਹਨੇ ਛਡਾ ਕੇ ਸਾਡੇ ਬੱਚੇ ਨੂੰ ਸਾਡੇ ਘਰ ਛੱਡ ਕੇ ਇਕੱਲਾ ਹੀ ਸੀ ਸਾਰੇ ਨੇ ਬੱਚੇ ਭੱਜ ਗਏ ਉਹਦੇ ਕੋਲੋਂ ਇਕੱਲਾ ਹੀ ਕਾਬੂ ਆ ਗਿਆ ਬਹੁਤ ਮਾਰਿਆ ਇਹਨਾਂ ਨੇ ਮੁੰਡੇ ਨੇ ਤੇ ਮੈਂ ਤੇ ਕੰਮ ਤੇ ਸੀ ਮੈਨੂੰ ਰੋ ਰੋ ਕੇ ਫੋਨ ਕੀਤਾ ਮੰਮੀ ਮੈਨੂੰ ਬਹੁਤ ਮਾਰਿਆ ਹਾਂਜੀ ਅਸੀਂ ਕੱਲ ਦੇ ਇੱਥੇ ਹੀ ਆ ਕੰਨ ਬਹੁਤ ਲਾਲ ਕੀਤੇ ਮਾਰ ਮਾਰ ਕੇ ਚਪੇੜਾ ਇਹਨਾਂ ਨੇ ਫਿਰ ਬਾਂਹ ਮੁੰਡਾ ਕਹਿੰਦਾ ਮੇਰੀ ਮੰਮੀ ਮਰੋੜ ਕੇ ਪਿੱਛੇ ਲਾਈ ਇਹਨਾਂ ਨੇ ਦੇਖੋ ਬਾਂਹ ਤੋੜ ਦਿੱਤੀ ਕਿੰਨਾ ਚਿਰ ਵਿਚਾਰਾ ਮੰਜੇ ਤੇ ਪੈ ਗਿਆ ਪੇਪਰ ਉੱਤੋਂ ਸਕੂਲੇ ਚੱਲਦੇ ਹਾਂਜੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਜਿੱਦਾਂ ਇਹਨਾਂ ਨੇ ਬਾਂਹ ਤੋੜੀ ਨਾ ਬਹੁਤ ਮਾੜੀ ਕੀਤੀ ਇਹਨਾਂ ਨੇ ਚੰਗੀ ਨਹੀਂ ਕੀਤੀ ਹਾਂਜੀ ਨਹੀਂ ਬੰਨਿਆ ਨੀ ਇਹਨਾਂ ਨੇ ਓਦਾਂ ਮਾਰਿਆ ਬਹੁਤ ਦੋ ਜਣਿਆਂ ਓਦਾਂ ਬਹੁਤ ਮਾਰਿਆ ਇਹਨਾਂ ਨੇ ਛੱਡਦੇ ਨੀ ਸੀ ਜਨਾਨੀਆਂ ਨੇ ਵੀ ਕਿਹਾ ਤੁਸੀਂ ਛੱਡ ਦਿਓ ਤੇ ਪਰ ਛੱਡਦੇ ਨਹੀਂ ਸੀ ਇਹ ਕਿੰਨੂ ਤੋੜੇ ਸੀ ਕਿੰਨੇ ਕੁ ਪੈਸਿਆਂ ਦੇ ਸੀ ਇਹਨਾਂ ਨੇ ਕਿੰਨੂ ਸਾਨੂੰ ਦੱਸ ਦਿੰਦੇ ਸੀ ਪੈਸੇ ਭਰ ਦਿੰਦੇ ਇਹਨਾਂ ਦੇ ਤੇ ਸਾਡੇ ਮੁੰਡੇ ਨੂੰ ਕੋਈ ਗਲਤੀ ਸੀ ਨਹੀਂ ਚੰਗੀ ਕਰਦੇ ਉਹ ਚਲੇ ਗਏ ਸੀ ਉਹਨੂੰ ਪਤਾ ਹੀ ਨਹੀਂ ਸਾਡਾ ਸਾਨੂੰ ਦੱਸਦੇ ਸੀ ਆਪਣੇ ਬੱਚੇ ਨੂੰ ਝਿੜਕਦੇ ਸਾਡੇ ਬੱਚੇ ਨੂੰ ਆਪਣੇ ਕੋਲ ਬਾਹ ਲੈਂਦੇ ਜੇ ਬੱਚੇ ਨੇ ਕੋਈ ਗਲਤੀ ਕੀਤੀ ਸੀ ਅਸੀਂ ਆਪੇ ਇਹਨਾਂ ਦੇ ਕੋਲ ਛਡਵਾ ਕੇ ਲੈ ਜਾਂਦੇ ਕਿਹੜੇ ਸਕੂਲ ਤੋਂ ਪੜ੍ਹਦਾ ਜੀ ਮੈਂ ਜਸਪਾਲ ਮੇਰਾ ਨਾਂ ਹੈ ਤੇ ਚੰਡੀਗੜ੍ਹ ਮੁੰਡਾ ਹੈ ਕੱਲ ਜੀ ਉੱਥੇ ਮੁੰਡੇ ਮਸਮੀਆਂ ਤੋੜਨ ਦੇ ਸੀ ਤੇ ਮੈਂ ਉੱਥੇ ਖੜ ਗਿਆ ਉਹ ਤੇ ਭੱਜ ਗਏ ਤੇ ਮੈਨੂੰ ਉਹਨਾਂ ਨੇ ਫੜ ਲਿਆ ਦੋ ਜਾਣਿਆਂ ਨੇ ਤੇ ਫਿਰ ਮੈਨੂੰ ਮਾਰਿਆ ਚਪੇੜਾਂ ਮਾਰੀਆਂ ਤੇ ਫਿਰ ਮੈਨੂੰ ਬਾਂਹ ਮਰੋੜ ਕੇ ਪਿੱਛੇ ਲਾਈ ਤੇ ਫਿਰ ਬਾਲਾ ਮਾਰਿਆ ਫਿਰ ਮੈਨੂੰ ਛੱਡਦੇ ਨਹੀਂ ਫਿਰ ਕੋਈ ਭਾਈ ਆਇਆ ਤੇ ਫਿਰ ਉਹਨਾਂ ਨੇ ਛਡਾਇਆ ਫਿਰ ਹਲੇ ਵੀ ਨਹੀਂ ਫਿਰ ਉਹ ਨਹੀਂ ਛੱਡਦੇ ਹਨ ਵਾਧੂ ਮਾਰਿਆ ਫਿਰ ਭਾਈ ਛੱਡ ਕੇ ਗਿਆ ਘਰੇ ਦੋ ਜਾਣੇ ਹਾਂਜੀ ਹਾਂਜੀ ਵਿਸ਼ਾਲ ਨਾਲ ਇਸ ਤਰ੍ਹਾਂ ਦੀ ਆਫ ਦੀ ਰਿਕਾਰਡ ਹੈ ਜੇ ਕੋਈ ਸਾਨੂੰ ਦਰਖਾਸਤ ਜਾਂ MLR ਨਹੀਂ ਆਈ ਪਰ ਪਤਾ ਲੱਗਾ ਕਿ ਜਸਪਾਲ ਨਾਮ ਦਾ ਬੱਚਾ ਹੈਗਾ ਚੰਡੀਗੜ੍ਹ ਕਲੋਨੀ ਦੇ ਰੂਰਲ ਬਸਤੀ ਸੁਲਤਾਨ ਕਲੋਨੀ ਦਾ ਰਹਿਣ ਵਾਲਾ ਉਹ ਕੋਈ ਝਗੜਾ ਹੋਇਆ ਜਿਹਦੇ ਸੱਟ ਲੱਗਣ ਕਾਰਨ ਉਹ ਐਡਮਿਟ ਹੈ ਸਿਵਲ ਹੋਸਪਿਟਲ ਸੁਲਤਾਨ ਕਲੋਨੀ ਜਦੋਂ ਵੀ ਸਾਨੂੰ MLR ਆਉਂਦੀ ਹੈ ਜਾਂ ਦਰਖਾਸਤ ਆਉਂਦੀ ਹੈ ਜੋ ਵੀ ਉਹਦੇ ਤੇ ਕਾਰਵਾਈ ਬਣਦੀ ਹੋਊਗੀ ਉਹ ਬਿਲਕੁਲ ਕਰ ਦਿੱਤੀ ਹੈ ਤੇ ਕੁਛ ਮੁੰਡਿਆਂ ਨੇ ਸ਼ਰਾਰਤ ਕੀਤੀ ਸੀ ਸ਼ਿੰਗੂਕਰ ਨੂੰ ਤੋੜੇ ਸੀ ਇਹਨਾਂ ਨੇ ਉਹ ਮੁੰਡੇ ਭੱਜ ਗਏ ਤੇ ਮੇਰੇ ਮੁੰਡੇ ਨੂੰ ਇਹਨਾਂ ਨੇ ਫੜ ਕੇ ਬਹੁਤ ਮਾਰਿਆ ਤੇ ਛੱਡਦੇ ਵਿੱਚ ਮੇਰੇ ਮੁੰਡੇ ਨੂੰ ਇਹਨਾਂ ਨੇ ਬਾਲਾ ਮਾਰ ਕੇ ਮੇਰੇ ਮੁੰਡੇ ਦੀ ਬਾਹ ਵੀ ਤੋੜ ਦਿੱਤੀ ਸਾਨੂੰ ਗਰੀਬ ਆਦਮੀ ਆ ਸਾਨੂੰ ਇਨਸਾਨ ਮਿਲਣਾ ਚਾਹੀਦਾ ਜਿੱਦਾਂ ਮੇਰੇ ਮੁੰਡੇ ਦੀ ਬਾਹ ਤੋੜੇ ਇਹਨਾਂ ਨੇ ਮੇਰਾ ਮੁੰਡਾ ਇਕੱਲਾ ਇਕੱਲਾ ਹੈਗਾ ਇਹਨਾਂ ਨੇ ਚੰਗੀ ਨਹੀਂ ਕੀਤੀ ਸਾਨੂੰ ਦੱਸਦੇ ਆਣ ਕੇ ਜੇ ਸਾਡੇ ਮੁੰਡੇ ਦੀ ਕੋਈ ਗਲਤੀ ਸੀ ਅਸੀਂ ਚੰਡੀਗੜ੍ਹ ਦੇ ਵਿੱਚ ਰਹਿੰਦੇ ਸੀ ਉਹਨੂੰ ਪਤਾ ਹੀ ਨਹੀਂ ਸਾਡਾ ਸਾਨੂੰ ਦੱਸਦੇ ਸੀ ਆਪਣੇ ਬੱਚੇ ਨੂੰ ਝਿੜਕਦੇ ਸਾਡੇ ਬੱਚੇ ਨੂੰ ਆਪਣੇ ਕੋਲ ਬਾਹ ਲੈਂਦੇ
ਜੇ ਬੱਚੇ ਨੇ ਕੋਈ ਗਲਤੀ ਕੀਤੀ ਸੀ ਅਸੀਂ ਆਪੇ ਇਹਨਾਂ ਦੇ ਕੋਲੋਂ ਛਡਵਾ ਕੇ ਲੈ ਜਾਂਦੇ ਤੇ ਅਸੀਂ ਪੁੱਛਦੇ ਨਹੀਂ ਸੀ ਕੋਈ ਗਰੀਬ ਵਿਚਾਰਾ ਸਾਡੇ ਵਰਗਾ ਆਦਮੀ ਆਇਆ ਉਹਨੇ ਛਡਾ ਕੇ ਸਾਡੇ ਬੱਚੇ ਨੂੰ ਸਾਡੇ ਘਰ ਛੱਡ ਕੇ ਇਕੱਲਾ ਹੀ ਸੀ ਸਾਰੇ ਨੇ ਬੱਚੇ ਭੱਜ ਗਏ ਉਹਦੇ ਇਹਦੇ ਕੋਲੋਂ ਇਕੱਲਾ ਹੀ ਕਾਬੂ ਆ ਗਿਆ ਬਹੁਤ ਮਾਰਿਆ ਇਹਨਾਂ ਨੇ ਮੁੰਡੇ ਨੇ ਤੇ ਮੈਂ ਤੇ ਕੰਮ ਤੇ ਸੀ ਮੈਨੂੰ ਰੋ ਰੋ ਕੇ ਫੋਨ ਕੀਤਾ ਮੰਮੀ ਮੈਨੂੰ ਬਹੁਤ ਮਾਰਿਆ ਇਹਨਾਂ ਨੇ ਹਾਂਜੀ ਅਸੀਂ ਕੱਲ ਦੇ ਇੱਥੇ ਹੀ ਆ ਕੰਨ ਬਹੁਤ ਲਾਲ ਕੀਤੇ ਮਾਰ ਮਾਰ ਕੇ ਚਪੇੜ ਇਹਨਾਂ ਨੇ ਫਿਰ ਬਾਂਹ ਮੁੰਡਾ ਕਹਿੰਦਾ ਮੇਰੀ ਮੰਮੀ ਮਰੋੜ ਕੇ ਪਿੱਛੇ ਲਾਈ ਇਹਨਾਂ ਨੇ ਦੇਖੋ ਬਾਂਹ ਤੋੜ ਦਿੱਤੀ ਕਿੰਨਾ ਚਿਰ ਵਿਚਾਰਾ ਮੰਜੇ ਤੇ ਪੈ ਗਿਆ ਪੇਪਰ ਉੱਤੋਂ ਸਕੂਲੇ ਚੱਲਦੇ ਹਾਂਜੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਜਿੱਦਾਂ ਇਹਨਾਂ ਨੇ ਬਾਂਹ ਤੋੜੀ ਨਾ ਬਹੁਤ ਮਾੜੀ ਕੀਤੀ ਇਹਨਾਂ ਨੇ ਚੰਗੀ ਨੀ ਕੀਤੀ ਹਾਂਜੀ ਨਹੀਂ ਬੰਨਿਆ ਨੀ ਇਹਨਾਂ ਨੇ ਓਦਾਂ ਮਾਰਿਆ ਬਹੁਤ ਦੋ ਜਣਿਆਂ ਨੇ ਓਦਾਂ ਬਹੁਤ ਮਾਰਿਆ ਇਹਨਾਂ ਨੇ ਛੱਡਦੇ ਨੀ ਸੀ ਜਨਾਨੀਆਂ ਨੇ ਵੀ ਕਿਹਾ ਤੁਸੀਂ ਛੱਡ ਦਿਓ ਤੇ ਪਰ ਛੱਡਦੇ ਨੀ ਸੀ ਇਹ ਕਿੰਨੂ ਤੋੜੇ ਸੀ ਕਿੰਨੇ ਕੁ ਪੈਸਿਆਂ ਦੇ ਸੀ ਇਹਨਾਂ ਨੇ ਕਿੰਨੂ ਸਾਨੂੰ ਦੱਸ ਦਿੰਦੇ ਸੀ ਪੈਸੇ ਭਰ ਦਿੰਦੇ ਇਹਨਾਂ ਦੇ